ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਮੁੱਚੀ ਸਿੱਖ ਕੌਮ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਿੱਚ ਕਿਸੇ ਤਰ੍ਹਾਂ ਦੀ ਵੀ ਕਸਰ ਨਹੀਂ ਛੱਡ ਰਹੀ। ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਟੂਰਿਸਟ ਪਲੇਸਿਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸਰਕਾਰੀ ਬੱਸ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਬੱਸ ਰਾਹੀਂ ਪੰਜਾਬ ਵਿੱਚ ਟੂਰਿਜ਼ਮ ਪਲੇਸਿਸ ਪ੍ਰਤੀ ਜਾਣਕਾਰੀ ਲੈ ਸਕਣਗੀਆਂ। ਇਸ ਦੌਰਾਨ ਅਦਾਰਾ ਚੜ੍ਹਦੀ ਕਲਾ ਦੇ ਹੋਣਹਾਰ ਪੱਤਰਕਾਰ ਅਮਰਜੀਤ ਸਿੰਘ ਨੇ ਬੱਸ ਚਾਲਕ ਨਾਲ ਗੱਲਬਾਤ ਕਰਦਿਆਂ ਇਸ ਉਪਰਾਲੇ ਬਾਰੇ ਚਾਨਣਾ ਪਾਇਆ। ਟੂਰਿਜ਼ਮ ਡਿਪਾਰਟਮੈਂਟ ਵੱਲੋਂ ਇੱਕ ਬੱਸ ਐਗਜ਼ੀਬਿਸ਼ਨ ਵੱਲੋਂ ਲਗਾਈ ਗਈ ਹੈ। ਇਸ ਦੇ ਵਿੱਚ ਪੂਰੇ ਪੰਜਾਬ ਨੂੰ ਜਿੰਨੀਆਂ ਵੀ ਟੂਰਿਸਟ ਪਲੇਸਿਸ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਹੈ। ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਉਹ ਅਸੀਂ ਇੱਕ ਪੂਰੀ ਪਿਕਚਰਸ ਦੇ ਰੂਪ ਦੇ ਵਿੱਚ ਤੁਹਾਨੂੰ ਅਸੀਂ ਇੱਥੇ ਸ਼ੋਅ ਕੀਤੀਆਂ ਹੋਈਆਂ ਨੇ। ਪਿਕਚਰਾਂ ਦੀ ਗੱਲ ਕੀਤੀ ਜਾਵੇ, ਬੇਸ਼ੱਕ ਆਪਾਂ ਧਾਰਮਿਕ ਸਥਾਨ ਦੀ ਗੱਲ ਕੀਤੀ, ਆਪਾਂ ਸੁਲਤਾਨਪੁਰ ਲੋਧੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਇਹਦੇ ਵਿੱਚ ਉਸਦੇ ਸੰਬੰਧ ਦੇ ਵਿੱਚ ਕੀ ਤਸਵੀਰਾਂ ਦਿਖਾਈਆਂ ਗਈਆਂ ਨੇ? ਸੁਲਤਾਨਪੁਰ ਲੋਧੀ ਲਈ ਅਸੀਂ ਇੱਕ ਸਪੈਸ਼ਲ ਮੈਪ ਪ੍ਰਿੰਟ ਕਰਵਾਇਆ ਹੈ, ਜੋ ਤੁਸੀਂ ਆਹ ਦੇਖ ਸਕਦੇ ਹੋ। ਇਸ ਦੇ ਵਿੱਚ ਸਾਰੇ ਗੁਰਦੁਆਰਾ ਸਾਹਿਬ ਦਾ ਰੋਡ ਮੈਪ ਪਲੱਸ ਜਿੰਨੀ ਵੀ ਲੋਕੇਸ਼ਨ ਹੈ, ਕਿੱਥੋਂ ਲੋਕਾਂ ਨੇ ਆਉਣਾ ਹੈ, ਕਿਹੜੀ ਸਾਈਡ ਜਾਣਾ ਹੈ, ਉਹ ਪੂਰੀ ਡਿਟੇਲ ਅਸੀਂ ਇਸ ਮੈਪ ਦੇ ਵਿੱਚ ਪ੍ਰਿੰਟ ਕਰ ਰੱਖੀ ਹੈ। ਸੁਲਤਾਨਪੁਰ ਲੋਧੀ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।